ਗਾਂਧੀ ਗਰੁੱਪ ਇਜ਼ ਬੈਕ ਸਾਡੇ ਪੰਜਾਬੀ ਇੰਡਸਟਰੀ ਦੇ ਐਕਸ਼ਨ ਹੀਰੋ ਦੇਵ ਕਰੋੜ ਆਪਣੀ ਨਵੀਂ ਫਿਲਮ ਲੈ ਕੇ ਸਾਡੇ ਸਾਹਮਣੇ ਹਾਜ਼ਰ ਹੋ ਚੁੱਕੇ ਨੇ ਸੋ ਕਹਿੰਦਾ ਪਾਵੇ ਕਿ ਗਾਂਧੀ ਗਾਂਧੀ ਯਾਰ ਦਾ ਯਾਰ ਫਿਲਮ ਦਾ ਟ੍ਰੇਲਰ YouTube ਚੈਨਲ ਦੇ ਉੱਪਰ ਰਿਲੀਜ਼ ਹੋ ਚੁੱਕਾ ਹੈ ਤੇ ਇਸ ਫਿਲਮ ਦੇ ਵਿੱਚ ਭਰਪੂਰ ਤੁਹਾਨੂੰ ਐਕਸ਼ਨ ਦੇਖਣ ਨੂੰ ਮਿਲੇਗਾ ਲੋਕ ਤੇ ਹੋਰ ਵੀ ਅਦਾਕਾਰਾਂ ਦੀ ਬਾਖੂਬੀ ਅਦਾਕਾਰੀ ਤੁਹਾਨੂੰ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲੇਗੀ ਇਸ ਫਿਲਮ ਦਾ ਟ੍ਰੇਲਰ ਬਹੁਤ ਇੰਪ੍ਰੈਸਿਵ ਲੱਗ ਰਿਹਾ ਹੈ ਲੋਕ ਜਿੱਥੇ ਕਹਿੰਦੇ ਨੇ ਕਿ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਐਕਸ਼ਨ ਫਿਲਮਸ ਘੱਟ ਆਉਂਦੀਆਂ ਨੇ ਲੇਕਿਨ ਉੱਥੇ ਹੀ ਦੇਵ ਕਰੋੜ ਹਮੇਸ਼ਾ ਇੱਕ ਅਲੱਗ-ਅਲੱਗ ਫਿਲਮਾਂ ਲੈ ਕੇ ਸਾਡੇ ਸਾਹਮਣੇ ਆਉਂਦੇ ਰਹਿੰਦੇ ਨੇ ਸੋ ਇਸੇ ਨਾਲ ਹੀ ਗਾਂਧੀ 3 ਗਾਂਧੀ ਯਾਰਾਂ ਦਾ ਯਾਰ ਫੰਡਰ ਪ੍ਰੇ ਦਾ ਲੈ ਕੇ ਦੇਵ ਕਰੋੜ ਤੋਂ ਉਹਨਾਂ ਦੀ ਟੀਮ ਸਾਡੇ ਸਾਹਮਣੇ ਆ ਚੁੱਕੇ ਨੇ ਇਸ ਟ੍ਰੇਲਰ ਦੇ ਵਿੱਚ ਇਸ ਫਿਲਮ ਦੀ ਰਿਲੀਜ਼ਿੰਗ ਡੇਟ 30 ਅਗਸਤ ਦਿੱਤੀ ਗਈ ਤਾਂ ਉਸ ਦੇ ਨਾਲ-ਨਾਲ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਮੰਦੀਪ ਬੈਨਿਪਾਲ ਇਸ ਫਿਲਮ ਦੇ ਐਕਸ਼ਨ ਨੂੰ ਦੇਖਦੇ ਆ ਇਸ ਫਿਲਮ ਦੇ ਐਕਸ਼ਨ ਡਾਇਰੈਕਟਰ ਨੇ ਓਮ ਪ੍ਰਕਾਸ਼ ਜੀ ਤੇ ਸੰਦ ਡੀਓਪੀ ਨੇ ਹਰਪ੍ਰੀਤ ਸਿੰਘ ਦੇਵ ਕਰੋੜ ਹੋਣਾ ਦੇ ਨਾਲ-ਨਾਲ ਤੁਹਾਨੂੰ ਇਸ ਫਿਲਮ ਦੇ ਵਿੱਚ ਲक्की ਧਾਲੀਵਾਲ ਨਵਦੀਪ ਕਲੇਰ ਅਦਿਤੀ ਆਰਿਆ ਤਨਵੀਰ ਸਿੰਘ ਦક્ષਿਜ ਸਿੰਘ ਜਿਮੀ ਸ਼ਰਮਾ ਸੇਮ ਪਾਲ ਰੁਪਿੰਦਰ ਰੂਪੀ ਇੰਦਰ ਬਾਜਵਾ ਨਗੇਂਦਰ ਗਾਖਰ ਅੰਕੀਤਾ ਸੈਲੀ ਕਰਮਜੀਤ ਬਰਾ ਤੇ ਪਾਲੀ ਮੰਗੜ ਹੋਣਾਂ ਦੇ ਨਾਲ ਤੁਹਾਨੂੰ ਹੋਰ ਵੀ ਅਦਾਕਾਰ ਦੀ ਬਾਕ ਹੋभी ਅਦਾਕਾਰੀ ਗਾਂਧੀ 3 ਫਿਲਮ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗੀ ਸੋ ਗਾਂਧੀ 3 ਫਿਲਮ ਦਾ ਟ੍ਰੇਲਰ ਦੇਖਿਓ ਉਸ ਤੋਂ ਬਾਅਦ ਦੇਖਣ ਤੋਂ ਬਾਅਦ ਤੁਸੀਂ ਆਪਣੇ ਕਮੈਂਟ ਜ਼ਰੂਰ ਦੇਣੇ ਕਿ ਆਖਿਰਕਾਰ ਤੁਹਾਨੂੰ ਗਾਂਧੀ 3 ਦਾ ਟ੍ਰੇਲਰ ਕਿਹੋ ਜਿਹਾ ਲੱਗਾ ਦੇਵ ਕਰੋੜ ਹੋਣਾਂ ਦੇ ਨਾਲ ਨਾਲ ਬਾਕੀ ਅਦਾਕਾਰਾਂ ਦੀ ਐਕਟਿੰਗ ਕਿਹੋ ਜਿਹੀ ਲੱਗੀ ਆ ਤੁਹਾਨੂੰ ਇਹ ਟ੍ਰੇਲਰ ਬਾਕੀ ਦੋ ਫਿਲਮਾਂ ਤੋਂ ਨਾਲੋਂ ਜੇ ਕੰਪੇਅਰ ਕਰੋ ਤਾਂ ਤੁਹਾਨੂੰ ਕਿੰਓ ਜ਼ਿਆਦਾ ਲੱਗੇਗਾ ਸ਼ੇਕਰ ਤੁਸੀਂ ਹਾਲ ਤੱਕ ਇਹ ਟ੍ਰੇਲਰ ਨਹੀਂ ਦੇਖਿਆ ਤਾਂ ਫਟਾਫਟ ਜਾ ਕੇ YouTube ਤੇ ਜ਼ਰੂਰ ਦੇਖ ਲਓ ਗਾਂਧੀ 3 ਯਾਰਾਂ ਦਾ ਯਾਰ ਫਿਲਮ ਨੇ ਪ੍ਰੋਡਿਊਸ ਕੀਤਾ ਹੈ ਰਵਨੀਤ ਕੌਰ ਚਹਿਲ ਰਜੇਸ਼ ਕੁਮਾਰ ਅਰੋੜਾ ਅਤੇ ਆਸ਼ੂ ਮਨੀਸ਼ ਸਾਨੀ ਹੋਣਾ ਦੇ ਤੇ ਇਸ ਫਿਲਮ ਨੂੰ ਡਾਇਰੈਕਸ਼ਨ ਦਿੱਤੀ ਹੈ ਮਨਦੀਪ ਬੈਣੀਪਾਲ ਹੋਣਾ ਨੇ ਗਾਂਧੀ 3 ਯਾਰਾਂ ਦਾ ਯਾਰ ਫਿਲਮ ਦਾ ਟ੍ਰੇਲਰ ਦੇਖਣ ਤੋਂ ਬਾਅਦ ਤੁਸੀਂ ਸਾਡੇ ਪੰਜਾਬ ਪਲੱਸ ਟੀਵੀ ਦੇ YouTube ਚੈਨਲ ਉੱਪਰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਆਖਿਰਕਾਰ ਤੁਹਾਨੂੰ ਇਹ ਟ੍ਰੇਲਰ ਕਿ ਹੋ ਜਿਆ ਲੱਗਾ